ਜੇ ਆਪਾਂ ਗੱਲ ਕਰਗੇ ਨਾ ਟਰੱਕਿੰਗ ਦੀ ਕੋਈ ਹਾਲਤ ਬਹੁਤੀ ਠੀਕ ਨਹੀਂ ਹੈਗੀ ਨਹੀਂ ਹੈਗੀ ਤਾਂ ਪਿਛਲੇ ਆਪਾਂ ਨੂੰ ਸਾਲਕ ਹੋ ਗਿਆ ਇਹ ਚੀਜ਼ਾਂ ਕਰੀ ਜਾਂਦੇ ਹਨ ਤੇ ਅਗਲੇ ਨੇ ਕਿਹਾ ਨਿਤ ਦੀ ਗੱਲ ਇਹੀ ਸੇਮ ਹੀ ਕਹਿ ਦਿੰਦੇ ਆ ਪਰ ਹੁਣ ਫੇਰ ਚਲੋ ਖਬਰ ਜਦੋਂ ਆਉਂਦੀ ਹੈ ਤਾਂ ਕਰਨੀ ਪੈਂਦੀ ਹੈ ਨਿਊ ਜਰਸੀ ਦੀ ਇੱਕ ਕੰਪਨੀ ਹੈ ਜੀ ਉਹਨਾਂ ਨੇ ਵੀ ਬੈਂਕਰਪਸੀ ਫਾਈਲ ਕਰ ਦਿੱਤੀ ਉਹ ਕਹਿੰਦੇ ਵੀ ਭਾਈ ਸਾਨੂੰ ਬਹੁਤਾ ਕੋਈ ਫਾਇਦਾ ਨਹੀਂ ਹੋ ਰਿਹਾਗਾ ਤੇ ਅਸੀਂ ਜੇ ਭਾਈ ਸਾਡੇ ਹੱਥ ਖੜੇ ਹੈਗੇ ਕਿਹੜੀ ਕੰਪਨੀ ਆ ਉਹ ਹਾਂਜੀ ਬ੍ਰਾਡਰ ਸਾਹਿਬ ਨਿਊ ਜਰਸੀ ਦੀ ਇੱਕ ਵੱਡੀ ਟਰੱਕਿੰਗ ਫਰਮ ਨੇ ਫਾਈਲ ਕੀਤੀ ਹੈ ਜੀ ਬੈਂਕਰਪਸੀ ਇਹ ਟਰੱਕਿੰਗ ਫਰਮ ਨੇ ਰੀਸੈਂਟਲੀ ਨਿਊਮਰਸ ਟਾਈਮਸ ਸੇਫਟੀ ਵਾਇਓਲੇਸ਼ਨ ਵੀ ਕੀਤੀਆਂ ਸੀਗੀਆਂ ਫਾਰ ਡਰਾਈਵਰਸ ਐਂਡ ਇਕੁਆਪਮੈਂਟਸ ਤਾਂ ਉਹਦੇ ਤੋਂ ਬਾਅਦ ਇਹਨਾਂ ਨੂੰ ਕੁਝ ਫਾਈਨ ਵੀ ਪਏ ਨੇ ਕੁਝ ਹੋਰ ਵੀ ਜਿਹੜੀਆਂ ਹੈਗੀਆਂ ਹਾਰਡਲਸ ਫੇਸ ਕਰਨੀਆਂ ਪਈਆਂ ਇਸ ਤੋਂ ਬਾਅਦ ਇਹਨਾਂ ਨੇ ਚੈਪਟਰ 11 ਫਾਈਲ ਕਰ ਦਿੱਤਾ ਹੈ ਫਰਮ ਦਾ ਨਾਮ ਹੈਗਾ ਜੀ ਫਾਸਟ ਲਾਈਨ ਕਾਰਗੋ ਇਹ ਬਿਜ਼ਨਸ ਕਰ ਰਹੀ ਹੈ ਐਫ ਐਲ ਸੀ ਦੇ ਨਾਮ ਤੋਂ ਤੇ ਇਹਨਾਂ ਨੂੰ ਆਪਰੇਟ ਕੀਤਾ ਜਾ ਰਿਹਾ ਸੀਗਾ ਸਿਨਾਮਿੰਸ ਨਿਊ ਜਰਸੀ ਤੋਂ ਜਾਂ ਇਹਨਾਂ ਨੇ ਮੰਡੇ ਨੂੰ ਯੂ ਐਸ ਬੈਂਕਰਪਸੀ ਕੋਰਟ ਫਾਰ ਦਾ ਡਿਸਟ੍ਰਿਕਟ ਆਫ ਨਿਊ ਜਰਸੀ ਦੇ ਵਿੱਚ ਪਟੀਸ਼ਨ ਫਾਈਲ ਕੀਤੀ ਹੈ ਪਟੀਸ਼ਨ ਦੇ ਵਿੱਚ ਐਫ ਐਲ ਸੀ ਨੇ ਪਹਿਲਾ ਮੁੱਦਾ ਰੱਖਿਆ ਰੀਆਰਗੇਨਾਈਜੇਸ਼ਨ ਦਾ ਦੂਸਰੀ ਗੱਲ ਉਹਨਾਂ ਨੇ ਲਾਇਬਿਲਟੀ ਤੇ ਐਸੈਟਸ ਨੂੰ ਲਿਸਟ ਕਰਨ ਦੀ ਰੱਖੀ ਹੈ ਕਿ ਇਹਨਾਂ ਦੀ ਲਾਇਬਿਲਟੀ ਤੇ ਐਸੈਟਸ ਨੂੰ 1 ਮਿਲੀਅਨ ਯੂ ਐਸ ਡਾਲਰ ਤੋਂ ਲੈ ਕੇ 10 ਮਿਲੀਅਨ ਯੂ ਐਸ ਡਾਲਰ ਦੇ ਵਿਚਾਲੇ ਲਿਸਟ ਕੀਤਾ ਜਾਵੇ ਸਟੇਟਮੈਂਟ ਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ ਇਹਨਾਂ ਦੇ 99 ਕ੍ਰੈਡਿਟਰਸ ਨੇ ਐਫਐਲਸੀ ਜੋ ਜਨਰਲ ਫਰੀਟ ਦੇ ਵਿੱਚ ਬਿਜ਼ਨਸ ਕਰ ਰਹੀ ਸੀ ਇਹਨਾਂ ਦੇ ਕੋਲ ਟੋਟਲ 41 ਡਰਾਈਵਰ ਸੀਗੇ ਤੇ 54 ਪਾਵਰ ਯੂਨਿਟ ਸੀਗੇ ਅਕੋਰਡਿੰਗ ਟੂ ਪਾਵਰ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਉਹਨਾਂ ਦੀ ਵੈਬਸਾਈਟ ਤੇ ਸਾਰਾ ਡਾਟਾ ਪਾ ਦਿੱਤਾ ਹੋਇਆ ਹੈ ਇਹਨਾਂ ਨੂੰ ਅਥਾਰਟੀ ਬ੍ਰਾਡਸਪ ਮਈ 2017 ਦੇ ਵਿੱਚ ਗ੍ਰਾਂਟ ਕੀਤੀ ਗਈ ਸੀ ਐਫਐਮਸੀ ਐਸਏ ਦੇ ਡਾਟਾ ਦੇ ਮੁਤਾਬਕ ਕੰਪਨੀ ਦੇ ਟਰੱਕਸ ਦੀ 64 ਟਾਈਮਸ ਇਨਸਪੈਕਸ਼ਨ ਹੋਈ ਹੈ ਤੇ ਐਫਐਲਸੀ ਕੰਪਨੀ ਦੇ ਡਰਾਈਵਰਸ ਦੀ 112 ਵਾਰ ਇਨਸਪੈਕਸ਼ਨ ਹੋਈ ਹੈ 112 ਵਿੱਚੋਂ 29 ਟਾਈਮਸ ਇਹਨਾਂ ਦੇ ਕੋਲ ਇਹਨਾਂ ਦੇ ਵੱਲੋਂ ਵਾਇਲੇਸ਼ਨ ਪਾਈਆਂ ਗਈਆਂ ਜਿਹੜੀਆਂ ਵਾਇਲੇਸ਼ਨ ਸੀਗੀਆਂ ਇਹ ਆਰਜ਼ ਆਫ ਸਰਵਿਸ ਦੇ ਨਾਲ ਰਿਲੇਟਡ ਵਾਇਲੇਸ਼ਨ ਸੀਗੀਆਂ ਜਿਸ ਨੂੰ ਬਾਅਦ ਵਿੱਚ ਐਕਿਊਟ ਕ੍ਰਿਟੀਕਲ ਵਾਇਲੇਸ਼ਨ ਦੇ ਵਜੋਂ ਫਲੈਗ ਕੀਤਾ ਗਿਆ ਪਿਛਲੇ 2 ਸਾਲਾਂ ਦੇ ਵਿੱਚ ਐਫਐਲਸੀ ਕਈ ਵਾਰ ਕ੍ਰੈਸ਼ਸ ਦੇ ਵਿੱਚ ਵੀ ਇਨਕਲੂਡ ਹੋਈ ਹੈ ਜਿਦੇ ਵਿੱਚ ਇੰਜਰੀ ਰਿਲੇਟਡ ਕ੍ਰੈਸ਼ਸ ਵੀ ਸੀਗੇ ਤੇ ਤਿੰਨ ਚਾਰ ਵਾਰ ਟੂ ਅਵੇ ਵੀ ਹੋਈ ਹੈ ਕੇਸ ਦੀ ਪਹਿਲੀ ਸੁਣਵਾਈ ਬਰਾੜ ਸਾਹਿਬ ਵੀਰਵਾਰ ਨੂੰ ਹੋਣੀ ਹੈ ਜੀ ਬਿਲਕੁਲ ਜੀ ਜਿੰਨੇ ਤੁਸੀਂ ਦੱਸ ਤਾਂ ਵੀ ਇੰਨੇ ਕਰੈਸ਼ ਹੋਏ ਆ ਇੰਨੀਆਂ ਵਾਇਲੇਸ਼ਨ ਹੋਗਾ ਕੀ ਲੱਗਦਾ ਵੀ ਇਹ ਫਿਰ ਵਾਇਲੇਸ਼ਨ ਕਰਕੇ ਹੀ ਇਹਨੇ ਬੈਂਕਰਪਸੀ ਕੀਤੀ ਜਾਂ ਕੋਈ ਹੋਰ ਕਾਰਨ ਲੱਗਦਾ ਪ੍ਰਿੰਸਪ ਯੂਸੂਅਲੀ ਟਰਕਿੰਗ ਕੰਪਨੀਆਂ ਜਦੋਂ ਉਹਨਾਂ ਦੇ ਉੱਤੇ ਜਿਹੜਾ ਹੈਗਾ ਕਰਜ਼ਾ ਵਗੈਰਾ ਜਾਇਦਾ ਵੱਧ ਜੇ ਡੈਟ ਜਾਇਦਾ ਹੋ ਜੇ ਕਾਰੋਬਾਰ ਦੇ ਵਿੱਚ ਘਾਟਾ ਪੈ ਜੇ ਤਾਂ ਉਦੋਂ ਇਹ ਸਭ ਤੋਂ ਸੇਫਸਟ ਵੀ ਹੁੰਦਾ ਹੈ ਚੈਪਟਰ 11 ਫਾਈਲ ਕਰਨਾ ਫਿਲਹਾਲ ਪਹਿਲੀ ਜਿਹੜੀ ਸੁਣਵਾਈ ਹੈ ਪਹਿਲੀ ਹੀਰਿੰਗ ਅ ਥਰਸਡੇ ਉਦੋਂ ਬਾਅਦ ਕਈ ਨਵੇਂ ਤੱਤ ਸਾਹਮਣੇ ਆਉਣਗੇ ਇਹ ਤਾਂ ਜਿਹੜਾ ਕੁਝ ਹੈਗਾ ਇੱਕ ਵੈਬਸਾਈਟ ਤੋਂ ਜਿਹੜਾ ਉਹਨਾਂ ਨੇ ਫਾਈਲ ਕੀਤੀ ਆ ਉਹਦੇ ਆਧਾਰ ਤੇ ਡਾਟਾ ਕਿ ਉਹਨਾਂ ਦੇ ਕੋਲੇ ਹੈਗਾ ਕੀ ਕੁਝ ਹੈ ਕਿ ਇਸ ਪ੍ਰੋਬਲਮਸ ਨੂੰ ਉਹ ਫੇਸ ਕਰ ਰਹੇ ਸੀ ਕਿਹਦੇ ਵਿੱਚੋਂ ਜਾ ਰਹੇ ਸੀ ਹੁਣ ਦੋਵੇਂ ਪਾਸੇ ਦੀ ਗੱਲਬਾਤ ਤੋਂ ਬਾਅਦ ਪਤਾ ਲੱਗਣਾ ਹੈ ਕਿ ਅਸਲ ਕਾਰਨ ਕੀ ਹੋ ਸਕਦਾ ਤੁਹਾਨੂੰ ਕੀ ਲੱਗਦਾ ਜੀ ਜਿਹੜੀ ਗਾਜ ਆ ਇਹ ਸਭ ਤੋਂ ਜ਼ਿਆਦਾ ਡਰਾਈਵਰਾਂ ਤੇ ਨਹੀਂ ਜਾਂਦੀ ਜਿੰਨੇ ਇੱਕ ਡਰਾਈਵਰ ਕਿੰਨੇ ਡਰਾਈਵਰ ਇਹਨਾਂ ਦੇ ਨਾਲ ਕੰਮ ਕਰਦੇ ਸੀਗੇ ਇਹਨਾਂ ਦੇ ਨਾਲ ਵਟਸਐਪ 41 ਡਰਾਈਵਰ ਕੰਮ ਕਰਦੇ ਸੀਗੇ ਜਿਨ੍ਹਾਂ ਦੀ ਪਿਛਲੇ ਹਫਤੇ ਦੀਆਂ ਸੈਲਰੀਜ਼ ਪੈਂਡਿੰਗ ਹੈ ਜੀ ਬਿਲਕੁਲ ਜੀ ਸਭ ਤੋਂ ਵੱਡੀ ਗਾਜ ਤਾਂ ਉਹਨਾਂ ਤੇ ਡਿੱਗਣੀ ਆ ਤੇ ਕਿਤੇ ਕੰਟੀਨਿਊਸਲੀ ਬੰਦਾ ਕੰਮ ਕਰਦਾ ਕਿਸੇ ادارے ਨਾਲ ਉਸ ਤੋਂ ਬਾਅਦ ਨਾਲ ਦੀ ਨਾਲ ਚੇਂਜ ਕਰਨਾ ਹੋਵੇ ਤੇ ਚੇਂਜ ਕਰਨਾ ਬੜਾ ਔਖਾ ਹੋ ਜਾਂਦਾ ਨਾ ਬੰਦੇ ਕੋਲੇ ਜੋਬ ਹੁੰਦੀ ਆ ਤੇ ਅੱਜ ਇੱਥੋਂ ਦਾ ਤਾਂ ਸਿਸਟਮ ਵੀ ਇਹੀ ਆ ਵੀ ਹਰ ਮਹੀਨੇ ਜਿੰਨੇ ਕ ਪੈਸੇ ਆਉਂਦੇ ਓਨੇ ਕ ਲਾ ਦੇਈਦੇ ਆ ਜਦੋਂ ਐਂਡ ਤੱਕ ਪੈਸੇ ਆਉਂਦੇ ਆ ਉਹ ਕਦੇ ਕਿਸ਼ਤਾਂ ਕੁਸ਼ਤਾਂ ਚ ਜਾ ਵੜਦੇ ਆ ਘਰਾਂ ਘਰ ਘੁਰ ਲਏ ਬਿਨਾ ਸਰਦਾ ਨਹੀਂ ਹੈਗਾ ਸੋ ਫਿਰ ਇੱਥੇ ਦਿੱਕਤ ਮੀਡੀਅਮ ਬੰਦੇ ਨੂੰ ਜ਼ਿਆਦਾ ਹੁੰਦੀ ਆ ਜੀ ਹਾਂਜੀ ਬ੍ਰਾਡਸਰ ਬਿਲਕੁਲ ਮੈਂ ਰੀਸੈਂਟਲੀ ਦੁਬਾਰਾ ਚੈੱਕ ਕਰ ਰਿਹਾ ਸੀਗਾ ਕਿ ਇਹਨਾਂ ਦੀਆਂ ਡਰਾਈਵਰਸ ਦੀਆਂ ਦੇਣਦਾਰੀਆਂ ਕਿੰਨੀਆਂ ਨੇ ਤਾਂ ਇਹ ਦੱਸਿਆ ਜਾ ਰਿਹਾ ਕਿ 80 ਹਜ਼ਾਰ ਯੂ ਐਸ ਡਾਲਰ ਇਹਨਾਂ 41 ਡਰਾਈਵਰਸ ਦਾ ਇਹਨਾਂ ਨੇ ਦੇਣਾ ਉਸ ਤੋਂ ਵੱਡੀ ਗੱਲ ਇਹ ਹੈ ਕਿ ਇਹ ਜਿਹੜੀ ਫਰਮ ਆ ਇਹ ਪੰਜਾਬੀ ਭਰਾਵਾਂ ਦੇ ਨਾਲ ਰਿਲੇਟਿਡ ਹੈਗੀ ਆ ਪੰਜਾਬੀ ਬੰਦਿਆਂ ਦੇ ਨਾਲ ਰਿਲੇਟਿਡ ਹੈਗੀ ਆ ਇਹਦੇ ਵਿੱਚੋਂ ਓਨ ਕਰਨ ਵਾਲਿਆਂ ਵਿੱਚੋਂ ਇੱਕ ਬੰਦੇ ਦਾ ਕਨਫਰਮ ਹੈ ਕਿ ਬਰਲਿੰਗਟਨ ਤੋਂ ਹੈਗੇ ਨੇ ਆਪਾਂ ਨਾਮ ਚਲੋ ਨਹੀਂ ਲੈਂਦੇ ਕਿ ਉਹ ਪੰਜਾਬੀ ਹੈਗੇ ਨੇ